ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤਰਨ ਤਾਰਨ ਚ ਅੱਜ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਤਰਨ ਤਾਰਨ ਦੇ ਜ਼ਿਲ੍ਹਾ ਖੇਡ ਅਫਸਰ ਕੁਲਵਿੰਦਰ ਕੌਰ ਨੇ ਲੜਕੀਆਂ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ 100 ਦੇ ਕਰੀਬ ਖਿਡਾਰਨਾ ਨੇ ਹਿੱਸਾ ਲਿਆ ਤੇ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਖੇਡ ਅਫਸਰ ਕੁਲਵਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਲੜਕੀਆਂ ਲੜਕਿਆਂ ਨਾਲੋਂ ਘੱਟ ਨਹੀਂ ਹੈ ਤੇ ਉਹਨਾਂ ਵੱਲੋਂ ਵੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਸਪੋਰਟਸ ਨਾਲ ਜੋੜਿਆ ਜਾਵੇ ਤਾਂ ਜੋ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਤੇ ਉਹਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਇਸ ਮੌਕੇ ਲੜਕੀਆਂ ਵੱਲੋਂ ਖੁਸ਼ੀ ਵਿੱਚ ਗੀਤ ਗਾ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਤੇ ਮਿਠਾਈਆਂ ਤੇ ਮੂੰਗਫਲੀਆਂ ਆਦਿ ਵੰਡੀਆਂ ਗਈਆਂ। ਬਚਾਓ ਬੇਟੀ ਪੜਾਓ ਦੇ ਮਹਿਮ ਦੇ ਸੰਬੰਧ ਵਿੱਚ ਪੰਜਾਬ ਸਰਕਾਰ, ਮਾਨਯੋਗ ਮੁੱਖ ਮੰਤਰੀ ਜੀ ਤੇ ਖੇਡ ਮੰਤਰੀ ਸਰਦਾਰ ਗੁਰਜੀਤ ਸਿੰਘ ਰਾਣਾ ਜੀ ਦੇ ਉਹਨਾਂ ਦੇ ਮਤਲਬ ਕਹਿਣ ਤੇ ਅਸੀਂ ਮਤਲਬ ਉਹਨਾਂ ਦੇ ਤਹਿਤ ਅਸੀਂ ਆਪਣੇ ਸਟੇਡੀਅਮ ਵਿਖੇ ਅੱਜ ਲੋਹੜੀ ਮਨਾ ਰਹੇ ਹਾਂ ਤੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਕਿ ਬੱਚੇ ਜਿਹੜੇ ਆ ਬੱਚੀਆਂ ਜਿਹੜੀਆਂ ਵਾ ਸਾਡੀਆਂ ਸਪੋਰਟਸ ਕਰਨ ਤੇ ਤਰੱਕੀਆਂ ਕਰਨ ਅੱਗੇ ਜਾਣ ਵਧਣ ਤੇ ਹਰ ਸਾਲ ਕੋਸ਼ਿਸ਼ ਆ ਮੇਰੀ ਕਿ ਹਰ ਸਾਲ ਅਸੀਂ ਇਸੇ ਤਰ੍ਹਾਂ ਹੀ ਲੋਹੜੀ ਮਨਾਵਾਂਗੇ ਤੇ ਲੋਕਾਂ ਨੂੰ ਉਤਸ਼ਾਹਿਤ ਕਰਾਂਗੇ ਕਿ ਬੇਟੀਆਂ ਦਾ ਸਤਿਕਾਰ ਕਰੋ। ਕਿੰਨੇ ਕੁ ਜਿਹੜੀਆਂ ਸਾਡੀ ਸਪੋਰਟਸ ਦੀਆਂ ਲੜਕੀਆਂ ਨਾਲ ਤੁਸੀਂ ਲੋਹੜੀ ਮਨਾਈ? ਅੱਜ ਜੀ ਸਾਡੀਆਂ ਸਪੋਰਟਸ ਦੀਆਂ ਮਤਲਬ 100 ਦੇ ਕਰੀਬ ਸਾਡੇ ਬੱਚੇ ਹਾਜ਼ਰ ਹੋਏ ਆ ਇੱਥੇ ਤੇ ਉਹਦੇ ਤਹਿਤ ਅਸੀਂ ਲੋਹੜੀ ਮਨਾਈ। ਉਹਦੇ ਜੋ ਵੀ ਅਸੀਂ ਮੂੰਗਫਲੀ ਵਗੈਰਾ ਜੋ ਵੀ ਹੁੰਦਾ ਵਾ ਲੋਹੜੀ ਦਾ ਸਾਰਾ ਬੱਚਿਆਂ ਨੂੰ ਪ੍ਰੋਵਾਈਡ ਕੀਤਾ, ਸਮਾਨ ਵੰਡਿਆ ਹੈ ਤੇ ਜਿੰਨੀ ਕੁ ਸਾਡੇ ਕੋਲ ਹੈਸੀਅਤ ਸੀ ਸਾਡੀ ਤੇ ਅਸੀਂ ਆਪਣੀ ਕੋਸ਼ਿਸ਼ ਕੀਤੀ ਬੱਚਿਆਂ ਨੂੰ ਲੋਹੜੀ ਦਿੱਤੀ ਹੈ। ਨਿਰਪੱਖ ਪੋਸਟ ਲਈ ਤਰਨ ਤਾਰਨ ਤੋਂ ਰਵੀ ਖਹਿਰਾ ਦੀ ਰਿਪੋਰਟ।